ਸਤਿ ਸ਼੍ਰੀ ਅਕਾਲ, ਮੈਂ ਸੋਮ ਸੋਹਤਾ ਅਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਚੈਨਲ ਦਾ ਖਾਸ ਪ੍ਰੋਗਰਾਮ ਪੰਜਾਬ ਅਪਡੇਟ। ਪੰਜਾਬ ਅਪਡੇਟ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ, ਦਿਵਾਲੀ ਦਾ ਜਿਵੇਂ ਜਿਵੇਂ ਤਿਉਹਾਰ ਨਜ਼ਦੀਕ ਆ ਰਿਹਾ, ਲੋਕਾਂ ਦੀ ਕਰਿਓਸਿਟੀ ਵੱਧਦੀ ਜਾ ਰਹੀ ਹੈ ਔਰ ਉਸੇ ਤਰ੍ਹਾਂ ਹੀ ਨਕਲੀ ਮਟੀਰੀਅਲ ਜਿਹੜਾ ਹੈ ਉਹ ਵੀ ਬਾਜ਼ਾਰਾਂ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ। ਨਕਲੀ ਮਠਿਆਈਆਂ ਹੋ ਗਈਆਂ, ਚਾਈਨੀਜ਼ ਲੜੀਆਂ ਹੋ ਗਈਆਂ ਜਾਂ ਹੋਰ ਬਹੁਤ ਕੁਛ ਆ। ਅੱਜ ਇਸ ਵਿਸ਼ੇ ਨੂੰ ਲੈ ਕੇ ਪਟਿਆਲੇ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਜਾ ਕੇ ਲੋਕਾਂ ਦੀ ਰਾਏ ਪੁੱਛਦੇ ਹਾਂ ਕਿ ਉਹਨਾਂ ਦੇ ਮੁਤਾਬਕ ਕੀ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਜਾਂ ਨਹੀਂ। ਆਓ ਫਿਰ ਚੱਲਦੇ ਹਾਂ ਮੇਰੇ ਨਾਲ ਪੂਰੇ ਪਟਿਆਲੇ ਵਿੱਚ। ਸੋ ਦੋਸਤੋ, ਇੱਕ ਮੇਰੇ ਨਾਲ ਵੀਰ ਜੁੜੇ ਨੇ, ਇਹਨਾਂ ਨੂੰ ਪੁੱਛਦੇ ਕਿ ਚਾਈਨੀਜ਼ ਸਮਾਨ ਜਿਹੜਾ ਹੈ ਔਰ ਮਾਰਕੀਟ ਵਿੱਚ ਜਿਹੜੀਆਂ ਨਕਲੀ ਮਠਿਆਈਆਂ ਆਈਆਂ ਨੇ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਜਾਂ ਨਹੀਂ। ਚਾਈਨੀਜ਼ ਸਮਾਨ ਇਸਤੇਮਾਲ ਕਰਨਾ ਚਾਹੀਦਾ ਜਾਂ ਨਹੀਂ? ਨਹੀਂ ਕਰਨਾ ਚਾਹੀਦਾ। ਕਿਉਂ ਨਹੀਂ ਕਰਨਾ ਚਾਹੀਦਾ? ਬਸ ਵੈਸੇ ਨਹੀਂ ਕਰਨਾ ਚਾਹੀਦਾ। ਮਤਲਬ ਨਹੀਂ ਕਰਨਾ ਚਾਹੀਦਾ? ਅੱਜ ਕੱਲ੍ਹ ਲੜੀਆਂ ਆ ਰਹੀਆਂ ਨੇ, ਸਸਤੀਆਂ ਮਿਲਦੀਆਂ ਨੇ ਕਹਿੰਦੇ। ਸਸਤੀਆਂ ਤਾਂ ਹੈ ਪਰ ਚਲਦੀਆਂ ਤਾਂ ਹੈ ਨਹੀਂ। ਚਲਦੀਆਂ ਹੈ ਨਹੀਂ, ਭਾਰਤ ਦੀ ਬਣੀ ਚੀਜ਼ ਇਸਤੇਮਾਲ ਕਰਨੀ ਚਾਹੀਦੀ। ਠੀਕ ਹੈ। ਅਜੇ ਨਕਲੀ ਮਠਿਆਈਆਂ ਵੀ ਵੀਰ ਜੀ ਬਹੁਤ ਆਈਆਂ ਨੇ, ਉਹ ਵੀ ਵਰਤੋ ਜੀ। ਉਹਦੇ ਨਾਲ ਨੁਕਸਾਨ ਦੱਸ ਦਿਓ ਕੀ ਕੀ ਹੁੰਦੇ? ਨੁਕਸਾਨ ਤਾਂ ਫਿਰ ਦੁੱਖ ਖਾ ਕੇ ਬਿਮਾਰੀ ਹੋਣਗੇ ਜੀ। ਵੈਰੀ ਗੁੱਡ। ਅਤੇ ਮਤਲਬ ਬੱਚੇ ਜਿਹੜੇ ਹੈ ਉਹ ਮਠਿਆਈਆਂ ਤੋਂ ਬਿਨਾਂ ਰਹਿੰਦੇ ਨਹੀਂ, ਫਿਰ ਕੀ ਉਹਨਾਂ ਨੂੰ ਸੁਝਾਅ ਦੇਣਾ ਚਾਹੁੰਦੇ ਵੀ ਘਰ 'ਚ ਬਣਾਓ? ਘਰ 'ਚ ਬਣਾਉਣਾ ਚਾਹੀਦਾ। ਹਾਂ, ਜਿੰਨਾ ਖਾਣਾ ਉਹਨਾਂ ਘਰ 'ਚ ਬਣਾ ਲਓ। ਹਾਂਜੀ। ਅਤੇ ਬਾਜ਼ਾਰੂ ਲੈਣਾ ਬੰਦ ਕਰ ਦਿਓ। ਸਭ ਬੰਦ ਕਰਨਾ ਚਾਹੀਦਾ। ਨਕਲੀ ਖੋਆ ਆ ਰਿਹਾ ਅੱਜ ਕੱਲ੍ਹ, ਸਾਰਾ ਕੁਛ ਨਕਲੀ ਚੱਲ ਰਿਹਾ ਅੱਜ ਕੱਲ੍ਹ ਜੀ। ਇੱਕ ਹੋਰ ਮੇਰੇ ਨਾਲ ਵੀਰ ਜੁੜੇ ਨੇ, ਤੁਹਾਡੇ ਮੁਤਾਬਕ ਕੀ ਚਾਈਨਾ ਦਾ ਸਮਾਨ ਇਸਤੇਮਾਲ ਕਰਨਾ ਚਾਹੀਦਾ ਜਾਂ ਨਹੀਂ? ਸਰ, ਜ਼ਰੂਰ ਕਰਨਾ ਚਾਹੀਦਾ ਜੀ। ਕਿੱਦਾਂ? ਦੇਖੋ, ਅਗਰ ਇਹ ਅਨਾਊਂਸਮੈਂਟ ਇਹ ਕਰ ਰਹੇ ਹਾਂ ਵੀ ਚਾਈਨੀਜ਼ ਮਾਲ ਨਹੀਂ ਲੈਣਾ ਚਾਹੀਦਾ, ਵੀ ਸਸਤਾ ਹੈ, ਵੀ ਜਲਦੀ ਖਰਾਬ ਹੋ ਜਾਂਦਾ, ਤਾਂ ਫਿਰ ਇਹ ਇੰਡੀਆ 'ਚ ਵੜ ਕਿਉਂ ਰਿਹਾ? ਵੜ ਕਿਉਂ ਰਿਹਾ? ਬਹੁਤ ਵੱਡੀ ਗੱਲ ਕੀਤੀ। ਵੈਰੀ ਗੁੱਡ। ਠੀਕ ਹੈ ਨਾ ਜੀ। ਹੁਣ ਉਹਨੂੰ ਬਾਰਡਰ ਤੋਂ ਹੀ ਬੰਦ ਕਰੋ। ਹਾਂਜੀ, ਬਾਰਡਰ ਤੋਂ ਹੀ ਬੰਦ ਕਰ ਦਿਓ, ਸਪਲਾਈ ਬੰਦ ਕਰ ਦਿਓ, ਮਾਰਕੀਟ ਜਾਏਗਾ ਨਹੀਂ। ਗਰੀਬ ਬੰਦਾ ਵਿਚਾਰਾ ਉਹ ਖਰੀਦਦਾ ਹੈਗਾ ਵੀ ਜਲਦੀ ਵਿਕੂਗਾ, ਅਸੀਂ ਦੋ ਪੈਸੇ ਕਮਾਵਾਂਗੇ। ਗਰੀਬ ਬੰਦੇ ਦੀ ਮਾਰ ਪੈ ਰਹੀ ਹੈ ਨਾ ਸਾਰਿਆਂ ਨੂੰ ਜੀ। ਉਹਨਾਂ ਦਾ ਮਾਲ ਨਹੀਂ ਵਿਕੇਗਾ, ਉਹਨਾਂ ਦਾ ਮਸਾ ਪੈਸੇ ਦੋ ਜੋੜੇ ਹੋਏ ਹੈ, ਉਹ 'ਚ ਵਿਕੇਗਾ ਹੀ ਨਹੀਂ ਤਾਂ ਉਹਨਾਂ ਕੋਲ ਰੋਟੀ ਕਿੱਥੋਂ ਖਾਣ ਨੂੰ ਮਿਲੇਗੀ ਜੀ। ਮਤਲਬ ਤੁਹਾਡੇ ਮੁਤਾਬਕ ਸਸਤਾ ਜ਼ਰੂਰ ਹੈ ਜੇ ਚਾਈਨਾ ਦਾ ਮਾਲ ਆਇਆ ਤੇ ਉਹ ਬਾਰਡਰ ਤੋਂ ਹੀ ਉਸ ਨੂੰ ਬੰਦ ਕਰਨਾ ਚਾਹੀਦਾ? ਹਾਂਜੀ ਹਾਂਜੀ, ਬਿਲਕੁਲ ਉੱਥੋਂ ਹੀ ਬੰਦ ਹੋਣਾ ਚਾਹੀਦਾ ਜੀ। ਆਪ ਤਾਂ ਇਹ ਮੋਟੀ ਮੋਟੀ ਰਕਮਾਂ ਲੈ ਕੇ ਉਹਨਾਂ ਮਾਲ ਨੂੰ ਆਣ ਦੇ ਰਹੇ ਨੇ, ਤੇ ਗਰੀਬ ਬੰਦਿਆਂ ਨੂੰ ਕਹਿ ਰਹੇ ਵੀ ਤੁਸੀਂ ਮਾਲ ਨਾ ਲਓ। ਇੱਕ ਨਕਲੀ ਮਠਿਆਈਆਂ ਵੀ ਅੱਜ ਕੱਲ੍ਹ ਭਰਮਾਰ ਆਈ ਹੋਈ ਹੈ ਸਰ, ਉਹਨਾਂ ਬਾਰੇ ਵੀ ਸਰਕਾਰ ਨੂੰ ਸਭ ਕੁਝ ਪਤਾ ਵੀ ਕਿੱਥੇ ਕੀ ਬਣ ਰਿਹਾ ਕੀ ਨਹੀਂ ਪਤਾ, ਵੀ ਇੰਨੀ ਜ਼ਿਆਦਾ ਆਬਾਦੀ ਹੈਗੀ ਹੈ ਇਸ ਮੁਲਕ ਦੀ, ਵੀ ਇੰਨਾ ਦੁੱਧ ਉਤਪਾਦ ਨਹੀਂ ਹੋ ਸਕਦਾ, ਵੀ ਖੋਇਆ ਜਿੰਨਾ ਆ ਰਿਹਾ ਵੀ ਤਕਰੀਬਨ ਨਕਲੀ ਆ ਰਿਹਾ ਹੈਗਾ। ਬਹੁਤ ਵਧੀਆ ਗੱਲ ਕੀਤੀ ਹੈ ਜੀ ਇਹਨਾਂ ਨੇ। ਇਹਨਾਂ ਨੇ ਕਿਹਾ ਕਿ ਚਾਈਨਾ ਦਾ ਸਮਾਨ ਇਸਤੇਮਾਲ ਕਰਨਾ ਚਾਹੀਦਾ, ਇਹ ਕਹਿੰਦੇ ਆ, ਕਿਉਂਕਿ ਜੇ ਭਾਰਤ ਵਿੱਚ ਆਇਆ ਤੇ ਉਹ ਆਇਆ ਕਿਤੇ, ਜੇ ਚਾਈਨਾ ਦਾ ਸਮਾਨ ਭਾਰਤ ਦੇ ਬਾਰਡਰ ਤੋਂ ਪਾਰ ਹੋ ਕੇ ਇੱਧਰ ਆਇਆ ਤਾਂ ਫਿਰ ਉਸ ਨੂੰ ਮਤਲਬ ਇਸਤੇਮਾਲ ਕਰਨ 'ਚ ਕੀ ਪ੍ਰੋਬਲਮ ਹੈ, ਇਹਨਾਂ ਦਾ ਇਹ ਕਹਿਣਾ ਆ। ਔਰ ਦੂਜੇ ਪਾਸੇ ਇਹਨਾਂ ਨੇ ਸਰਕਾਰ 'ਤੇ ਵੀ ਇਸ ਗੱਲ ਨੂੰ ਬਿਲਕੁਲ ਠੋਕਿਆ ਕਿ ਸਰਕਾਰ ਨੂੰ ਸਾਰਾ ਪਤਾ, ਹੀ ਨੋਜ਼ ਐਵਰੀਥਿੰਗ, ਕਿ ਕਿੱਥੇ ਕੀ ਹੋ ਰਿਹਾ ਜਾਂ ਕਿੱਥੇ ਕੀ ਨਹੀਂ ਹੋ ਰਿਹਾ। ਮਾਰਕੀਟ ਵਿੱਚ ਬਹੁਤ ਸਾਰੀਆਂ ਨਕਲੀ ਮਠਿਆਈਆਂ ਆ ਚੁੱਕੀਆਂ ਨੇ ਔਰ ਚਾਈਨਾ ਦਾ ਸਮਾਨ ਪੂਰੀ ਤਰ੍ਹਾਂ ਭਰਮਾ ਰਿਹਾ। ਤੁਹਾਡੇ ਮੁਤਾਬਕ ਇਹਨਾਂ ਦੋਨਾਂ ਵਿਸ਼ਿਆਂ ਲਈ ਕੀ ਵਿਚਾਰ ਨੇ, ਕੀ ਚਾਈਨਾ ਦਾ ਸਮਾਨ ਇਸਤੇਮਾਲ ਕਰਨਾ ਚਾਹੀਦਾ ਜਾਂ ਨਹੀਂ? ਦੇਖੋ ਜੀ, ਜੇ ਆਪਣੇ ਉਰੇ ਪਹੁੰਚ ਰਿਹਾ ਜੀ, ਦੇਖੋ ਜੀ, ਬੱਚੇ ਯੂਜ਼ ਕਰਨਗੇ ਕੋਈ ਮੰਨਦਾ ਨਹੀਂ। ਦੇਖੋ, ਪਹਿਲੀ ਗੱਲ ਤਾਂ ਇਹ, ਜਿੱਥੋਂ ਆ ਰਿਹਾ ਉੱਥੋਂ ਹੀ ਰੁਕਣਾ ਚਾਹੀਦਾ। ਦੇਖੋ ਜੀ, ਜੇ ਬਾਰਡਰ ਪਾਰ ਕਰਕੇ ਚਾਈਨਾ ਤੋਂ ਉਰੇ ਆ ਰਿਹਾ, ਉਹਨੇ ਨਕਲੀ ਚੀਜ਼ਾਂ ਵੇਖ ਰਹੇ, ਪਹਿਲਾਂ ਉਸ 'ਤੇ ਰੋਕ ਲੱਗਣੀ ਚਾਹੀਦੀ ਹੈ ਜੀ। ਬਿਲਕੁਲ। ਦੇਖੋ ਜੀ, ਜੋ ਚੀਜ਼ ਹੁਣ ਮਾਰਕੀਟ 'ਚ ਆ ਗਈ, ਹੁਣ ਤਾਂ ਬੱਚੇ ਵੀ ਇਸਤੇਮਾਲ ਕਰਨਗੇ, ਦੁਨੀਆ ਵੀ ਕਰੂਗੀ ਜੀ। ਅਤੇ ਮਠਿਆਈਆਂ ਦੀ ਭਰਮਾਰ ਵੀ ਆ ਚੁੱਕੀ ਹੈ, ਮਠਿਆਈਆਂ ਨਕਲੀ ਮਠਿਆਈਆਂ ਖਾਸ ਕਰਕੇ ਬਹੁਤ ਆ ਗਈਆਂ ਸਰ। ਇਹ ਵੀ ਮਾੜੀ ਗੱਲ ਹੈ ਜੀ, ਤਾਂ ਮਾੜੀ ਗੱਲ ਹੈ। ਮਤਲਬ ਮਠਿਆਈ ਤਾਂ ਜਿਹੜੀ ਹੈ, ਚੰਗੀ ਮਠਿਆਈ ਲਵੇ ਬੰਦਾ, ਮਾਰਕੀਟ ਤਾਂ ਪੂਰਾ। ਬੱਚਿਆ ਕਿਵੇਂ ਜਾ ਸਕਦਾ ਆਪਾਂ ਨੂੰ ਇਹ ਮਠਿਆਈ ਹੁਣ ਖਾਣ ਨੂੰ ਹਰ ਇੱਕ ਦਾ ਦਿਲ ਕਰਦਾ, ਪਰ ਉਸਨੂੰ ਬਣਾਉਣਾ ਕੀ ਘਰ ਵਿੱਚ ਹੀ ਚਾਹੀਦਾ, ਜਿੰਨੀ ਖਾਣੀ ਹੈ? ਬਿਲਕੁਲ, ਜੋ ਬੱਚੇ ਮੰਗਦੇ ਉਹਨਾਂ ਨੂੰ, ਘਰਦਿਆਂ ਨੂੰ, ਉਹਨਾਂ ਦੇ ਫਾਦਰ ਪੇਰੈਂਟਸ ਨੂੰ ਚਾਹੀਦਾ, ਮਦਰ ਨੂੰ ਚਾਹੀਦਾ ਵੀ ਘਰੇ ਹੀ ਸਾਰੀ ਪ੍ਰਿਪੇਅਰ ਕਰਕੇ ਦੇਣ ਉਹਨਾਂ ਨੂੰ। ਜੀ ਜੀ ਸਰ। ਕਿੱਥੋਂ ਆਏ ਹੋ ਤੁਸੀਂ ਵੀਰ ਜੀ? ਅਸੀਂ ਵੈਰੀ ਗੁੱਡ, ਚੰਨੋ ਲਾਗੋ ਪਿੰਡ ਆ, ਖੇੜੀ ਭੀਮਾ ਉੱਥੋਂ ਆਏ। ਔਰ ਗ੍ਰੀਨ ਦਿਵਾਲੀ ਮਨਾਉਣ ਲਈ ਦੇਖੋ ਬੂਟਿਆਂ ਦਾ ਇਸਤੇਮਾਲ ਕਰ ਰਹੇ ਨੇ, ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਅਸੀਂ ਤਾਂ ਪੋਲਿਊਸ਼ਨ ਦੇ ਅਗੇਂਸਟ ਆ ਜੀ। ਅੱਛਾ ਜੀ। ਅਤੇ ਜਿਹੜੇ ਫਿਰ ਇਹ ਪਟਾਕੇ ਬਣਾ ਰਹੀ ਆ ਸਰਕਾਰਾਂ ਬਣਾ ਰਹੀਆਂ ਨੇ, ਜਾਂ ਮਤਲਬ ਇਹ ਪੋਲਿਊਸ਼ਨ ਨਹੀਂ ਫੈਲਾਉਂਦੀਆਂ? ਪੋਲਿਊਸ਼ਨ ਨਹੀਂ ਫੈਲਾਏ, ਹੋਰ ਕੀ ਫੈਲਾਉਣਗੇ? ਪਰਾਲੀ ਨੂੰ ਅੱਗ ਲਾਉਣਾ ਪੋਲਿਊਸ਼ਨ ਬਣਦਾ? ਹਾਂਜੀ ਹਾਂਜੀ, ਉਹ ਤਾਂ ਵੱਖਰੀ ਗੱਲ ਕਿ ਜੇ ਤੁਸੀਂ ਪਰਾਲੀ ਦੀ ਗੱਲ ਕਰੋ ਤਾਂ ਉਹਦੇ ਵਾਸਤੇ ਜਿਹੜੇ ਹੋਰ ਫਸਲਾਂ ਦੀ ਕੱਢ ਕੇ ਸਰਕਾਰ ਨੂੰ ਮਾਰਕੀਟਿੰਗ ਉਹਨਾਂ ਦੀ ਕਰਨੀ ਚਾਹੀਦੀ, ਜੱਟ ਨਾ ਉਸ ਪਾਸੇ ਲੱਗਣ। ਇਹੋ ਜੀ ਗੱਲ ਹੈ, ਝੋਨਾ ਤਾਂ ਬਿਲਕੁਲ ਪੰਜਾਬ ਦਾ ਹੈ ਹੀ ਨਹੀਂ ਨਾ, ਖੇਤੀ ਨਹੀਂ ਹੈਗੀ ਪੰਜਾਬ ਦੀ। ਅਤੇ ਨਕਲੀ ਮਠਿਆਈਆਂ ਵੀ ਵੀਰ ਜੀ ਬਹੁਤ ਆਈਆਂ ਨੇ ਮਾਰਕੀਟ 'ਚ, ਬਚਣਾ ਚਾਹੀਦਾ? ਇਸੇ ਕਰਕੇ ਅਸੀਂ ਬਾਹਰੋਂ ਮਠਿਆਈ ਨਹੀਂ ਲੈਂਦੇ ਜੀ। ਅੱਛਾ, ਘਰੇ ਹੀ ਬਣਾਉਂਦੇ ਹੋ? ਜੋ ਬਣਾਉਣੀ ਘਰੇ, ਅਸੀਂ ਵੀ ਤੁਹਾਡੇ ਘਰ ਜ਼ਰੂਰ ਆਵਾਂਗੇ। ਥੈਂਕ ਯੂ ਵੈਰੀ ਮਚ ਖਾਲਸਾ ਜੀ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਅੱਜ ਪਟਿਆਲੇ ਸ਼ਹਿਰ ਦਾ ਅਸੀਂ ਦੌਰਾ ਕਰ ਰਹੇ ਹਾਂ ਏਵਨ ਪੰਜਾਬੀ ਚੈਨਲ ਦਾ ਇੱਕ ਬਹੁਤ ਹੀ ਖੂਬਸੂਰਤ
ਅਸੀਂ ਸਾਡਾ ਸੰਗਰੂਰ ਡਿਸਟ੍ਰਿਕਟ ਹੈ ਐਕਚੁਅਲੀ ਅਸੀਂ ਸਟੂਡੈਂਟ ਹਾਂ ਇੱਥੇ ਸਟੱਡੀ ਕਰਦੇ ਹਾਂ ਅੱਛਾ ਜੀ ਹਾਂ ਤੇ ਜਿਹੜਾ ਚਾਈਨੀ ਸਮਾਨ ਹੈ ਉਹਦਾ ਬਾਈਕਾਟ ਕਰਨਾ ਚਾਹੀਦਾ ਹੈ ਤੇ ਇੱਕ ਤਾਂ ਆਪਣੇ ਸਿੰਪਲ ਸਾਦਾ ਖਾਣਾ ਬਣਾ ਕੇ ਖਾਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਹਰ ਚੀਜ਼ ਰੇਹਾਂ ਸਪਰੇਆਂ ਵਾਲੀ ਹੋ ਰਹੀ ਹੈ ਤੇ ਤਾਂ ਕਰਕੇ ਬਿਮਾਰੀਆਂ ਜ਼ਿਆਦਾ ਵੱਧ ਰਹੀਆਂ ਨੇ ਤੇ ਮਤਲਬ ਦੀਵਾਲੀ ਕਹਦੇ ਤਾਂ ਦੀਵਾਲਾ ਕੱਢਿਆ ਜਾ ਰਿਹਾ ਲੋਕਾਂ ਦਾ ਮਤਲਬ ਤਿਉਹਾਰ ਦਾ ਨਜਾਇਜ਼ ਫਾਇਦਾ ਚੱਕਿਆ ਜਾ ਰਿਹਾ ਕੋਈ ਵੀ ਤੁਸੀਂ ਰੈਸਟੋਰੈਂਟ ਦਾ ਬਸ ਹੁਣ ਬ੍ਰਾਂਡ ਬਣ ਕੇ ਰਹਿ ਗਏ ਨੇ ਨਾਮ ਜਿਹੜੀਆਂ ਮਠਿਆਈਆਂ ਦੀ ਅਸਲੀਅਤ ਹੈ ਉਹ ਖੋਖਲੀਆਂ ਨੇ ਅੰਦਰੋਂ ਜਿਵੇਂ ਬਨਾਵਟੀ ਚੀਜ਼ਾਂ ਹੁੰਦੀਆਂ ਨੇ ਬਾਹਰੋਂ ਵਧੀਆ ਨੇ ਦੇਖਣ ਨੂੰ ਅੰਦਰੋਂ ਉਹਨਾਂ ਦੇ ਕੁਛ ਨਹੀਂ ਹੁੰਦਾ ਤੇ ਚਾਈਨਾ ਦਾ ਖਾਸ ਕਰਕੇ ਚੀਜ਼ਾਂ 'ਚ ਮਸ਼ਹੂਰ ਹੀ ਹੈ ਕਿਉਂਕਿ ਉਹ ਸਸਤੀਆਂ ਚੀਜ਼ਾਂ ਪ੍ਰੋਵਾਈਡ ਕਰਕੇ ਮੁਨਾਫਾ ਜ਼ਿਆਦਾ ਕਮਾਉਂਦਾ ਮਤਲਬ ਕਹਿਣਾ ਚਾਹੀਦਾ ਕਿ ਨਾ ਚਾਈਨਾ ਚਾਈਨੀ ਦਾ ਸਮਾਨ ਯੂਜ਼ ਕਰੋ ਤੇ ਨਾ ਹੀ ਮਠਿਆਈਆਂ ਨੂੰ ਚੰਗੀ ਤਰ੍ਹਾਂ ਯੂਜ਼ ਕਰੋ ਹਾਂ ਸਾਦਾ ਖਾਣਾ ਖਾਓ ਘਰੇ ਬਣਾ ਕੇ ਤੇ ਆਪਣੀ ਫੈਮਿਲੀ ਨਾਲ ਇੰਜੋਏ ਕਰੋ ਤੇ ਮਤਲਬ ਇਹ ਦੁਨੀਆਦਾਰੀ ਤੋਂ ਬਚੋ ਇਹ ਦਿਖਾਵੇ ਤੋਂ ਬਚੋ ਤੇ ਸਿੰਪਲ ਦੀਵਾਲੀ ਮਨਾਓ ਪ੍ਰਦੂਸ਼ਣ ਫਰੀ ਕਰੈਕਰਾਂ ਤੋਂ ਬਿਨਾਂ ਤੇ ਬਾਈਕਾਟ ਕਰਨਾ ਚਾਹੀਦਾ ਖਾਸ ਕਰਕੇ ਕਰੈਕਰ ਵੀ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਰੈਕਰ ਬੈਨ ਕਰਦੀ ਹੈ ਤੇ ਦੂਜੇ ਪਾਸੇ ਮਾਰਕੀਟ 'ਚ ਪ੍ਰੋਵਾਈਡ ਕਰੇ ਜਾ ਰਹੇ ਨੇ ਮੈਂ ਪਟਿਆਲੇ 'ਚ ਇੱਥੇ ਦੇਖਿਆ ਪੋਲੋ ਗਰਾਊਂਡ 'ਚ ਮਾਰਕੀਟ ਲੱਗੀ ਹੋਈ ਹੈ ਕਰੈਕਰਾਂ ਦੀ ਉੱਥੇ ਵੱਡੀ ਗਿਣਤੀ 'ਚ ਪੜਾਕੇ ਨੇ ਤੇ ਜੇ ਕਿਸਾਨਾਂ ਦੀ ਤੁਸੀਂ ਪਰਾਲੀ ਬੈਨ ਕਰਾ ਰਹੇ ਹੋ ਵੀ ਪ੍ਰਦੂਸ਼ਣ ਕਰਦੇ ਤਾਂ ਦੀਵਾਲੀ ਦੇ ਕਰੈਕਰ ਕਿੰਨਾ ਜ਼ਿਆਦਾ ਪ੍ਰਦੂਸ਼ਣ ਕਰਦੇ ਨੇ ਉਹ ਵੀ ਸੋਚੋ ਇਸ ਨੌਜਵਾਨ ਨੇ ਬਹੁਤ ਹੀ ਖੂਬਸੂਰਤ ਗੱਲ ਕੀਤੀ ਹੈ ਕਿ ਇੱਕ ਪਾਸੇ ਤਾਂ ਆਪਾਂ ਪੋਲੂਸ਼ਨ ਦਾ ਰੌਲਾ ਪਾ ਰਹੇ ਹੋ ਦੂਜੇ ਪਾਸੇ ਸ਼ਰੇਆਮ ਪਟਾਕਿਆਂ ਦੀ ਮਾਰਕੀਟ ਲੱਗੀ ਹੋਈ ਹੈ ਔਰ ਸ਼ਾਮ ਨੂੰ ਇਹ ਦਿਨਾਂ ਦੇ ਵਿੱਚ ਕੀ ਪ੍ਰਦੂਸ਼ਣ ਦਾ ਹਾਲ ਹੋਏਗਾ ਇਹ ਮੇਰੇ ਤੋਂ ਵੱਧ ਜਾਣਦੇ ਹੋ ਦੋਸਤੋ ਇਹਨਾਂ ਨੇ ਇੱਕ ਗੱਲ ਹੋਰ ਵੀ ਬਹੁਤ ਵਧੀਆ ਕਿ ਚਾਈਨਾ ਦੇ ਸਮਾਨ ਨੂੰ ਬਾਈਕਾਟ ਕਰਨਾ ਚਾਹੀਦਾ ਔਰ ਖਾਸ ਕਰਕੇ ਜਿਹੜੀਆਂ ਮਠਿਆਈਆਂ ਨੇ ਉਹਨਾਂ ਨੂੰ ਵੀ ਸਾਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ ਚਾਈਨਾ ਦਾ ਸਮਾਨ ਜਿਹੜਾ ਹੈ ਉਸਨੂੰ ਇਸਤੇਮਾਲ ਕਰਨਾ ਚਾਹੀਦਾ ਨਹੀਂ ਨਹੀਂ ਹਮੇ ਚਾਈਨਾ ਕਾ ਸਮਾਨ ਯੂਜ਼ ਨਹੀਂ ਕਰਨਾ ਚਾਹੀਏ ਮੇਡ ਇਨ ਇੰਡੀਆ ਜੋ ਵੀ ਹੈ ਉਹ ਪ੍ਰੋਡਕਟਸ ਯੂਜ਼ ਕਰਨੇ ਚਾਹੀਦੇ ਮਠਿਆਈ ਬਾਰੇ ਕੀ ਕਹਿਣਾ ਹੈ ਮਠਿਆਈ ਤਾਂ ਬਹੁਤ ਅੱਛੀ ਲੱਗਦੀ ਹੈ ਚਾਈਨਾ ਕੀ ਮਿਠਾਈ ਨਹੀਂ ਨਹੀਂ ਚਾਈਨੀ ਮਠਿਆਈ ਵੀ ਆ ਰਹੀ ਹੈ ਔਰ ਮੈਨੇ ਮੈਨੇ ਕਦੇ ਖਾਈ ਨਹੀਂ ਅੱਛਾ ਜੋ ਪੰਜਾਬ ਮੇ ਬਣਤੀ ਹੈ ਉਹ ਕੈਸੀ ਬਣਤੀ ਹੈ ਮਠਿਆਈ ਉਹ ਤਾਂ ਬਹੁਤ ਟੇਸਟੀ ਹੈ ਪੰਜਾਬ ਦੀ ਮਠਾਈ ਬਹੁਤ ਟੇਸਟੀ ਹੈ ਆਪ ਕਹਾਂ ਕੇ ਰਹਿਣ ਵਾਲੇ ਮੈਂ ਉੱਤਰਾਖੰਡ ਸੇ ਹੂੰ ਦੇਹਰਾਦੂਨ ਅੱਛਾ ਜੋ ਨਕਲੀ ਮਠਿਆਈ ਆ ਰਹੀ ਉਸਕੇ ਬਾਰੇ ਮੇ ਕੀ ਵਿਚਾਰ ਹੈ ਨਕਲੀ ਖੋਆ ਜੋ ਡੁਪਲੀਕੇਟ ਖੋਆ ਆ ਰਹਾ ਹੈ ਇਹ ਸਭ ਚੀਜ਼ ਬੈਨ ਹੋਣੀ ਚਾਹੀਏ ਇੰਡੀਆ ਮੇ ਨਕਲੀ ਚੀਜ਼ ਜੋ ਵੀ ਹੈ ਸਾਰੀ ਬੈਨ ਹੋਣੀ ਚਾਹੀਏ ਇੰਡੀਆ ਨਕਲੀ ਮਠਿਆਈਆਂ ਤੇ ਚਾਈਨਾ ਦੇ ਸਮਾਨ ਦਾ ਕੀ ਦੀਵਾਲੀ ਤੇ ਇਸਤੇਮਾਲ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਜੀ ਕੌਨਸ਼ੀਅਸਨੈਸ ਅਲਾਉ ਨਹੀਂ ਕਰਦੀ ਹੈ ਚਾਈਨੀ ਸਮਾਨ ਸਾਡਾ ਦੁਸ਼ਮਣ ਕੰਟਰੀ ਹੋ ਗਿਆ ਸਾਡੇ ਤੇ ਹੀ ਉਹ ਯੂਜ਼ ਕਰਕੇ ਸਾਡਾ ਹੀ ਪੈਸਾ ਯੂਜ਼ ਕਰਕੇ ਸਾਡੇ ਤੇ ਹੀ ਅਟੈਕ ਕਰਦਾ ਹੈ ਪਾਕਿਸਤਾਨ ਨੂੰ ਏਡ ਕਰਦਾ ਸਾਡੇ ਬੰਦੇ ਮਾਰਦੇ ਹੈ ਇਨਡਾਇਰੈਕਟ ਵੇ 'ਚ ਅਸੀਂ ਆਪਣੇ ਆਪ ਨੂੰ ਖਤਮ ਕਰਨ ਵਾਸਤੇ ਕੈਂਸਰ ਨੂੰ ਪੈਸਾ ਦੇ ਰਹੇ ਹਾਂ ਕੀ ਬਾਤ ਹੈ ਅੱਛਾ ਮਠਿਆਈਆਂ ਵੀ ਬਹੁਤ ਸਾਰੀਆਂ ਖੋਆ ਬਹੁਤ ਨਕਲੀ ਪਕੜਿਆ ਗਿਆ ਔਰ ਪਨੀਰ ਬੜਾ ਪਕੜਿਆ ਗਿਆ ਕੀ ਦੀਵਾਲੀ ਤੇ ਮਠਿਆਈਆਂ ਖਾਣੀਆਂ ਚਾਹੀਦੀਆਂ ਜਾਂ ਨਹੀਂ ਮਠਿਆਈ ਨਹੀਂ ਖਾਣੀ ਚਾਹੀਦੀ ਤੁਸੀਂ ਘਰ ਬਣਾਓ ਮਠਿਆਈ ਥੋੜੀ ਬਣਾਓ ਬਹੁਤ ਵਧੀਆ ਬਣਾਓ ਆਪਣੀ ਖਾਓ ਆਰਾਮ ਨਾਲ ਕੀ ਦਿੱਕਤ ਹੈ ਤੁਹਾਨੂੰ ਅਸੀਂ ਲੋਕ ਇੰਨਾ ਸਾਡੇ ਕੋਲ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਔਰ ਜਿੰਨੀ ਟੈਕਨੋਲੋਜੀ ਐਡਵਾਂਸ ਹੋਈ ਅਸੀਂ ਉਹਨਾਂ ਸ਼ਹਿਰਾਂ ਵੱਲ ਜਾਣਾ ਸ਼ੁਰੂ ਕਰਤਾ ਮਠਿਆਈ ਦੀ ਦੁਕਾਨਾਂ ਵੱਲ ਸਾਨੂੰ ਚਾਹੀਦਾ ਕਿ ਅਸੀਂ ਘਰ ਬਣਾਈਏ ਮਿਠਾਈ ਔਰ ਖਾਈਏ ਬਿਲਕੁਲ ਤਾਂ ਹੀ ਆਪਣੀ ਸਿਹਤ ਦੇ ਨਾਲ ਜਿਹੜਾ ਖਿਲਵਾੜ ਹੈ ਤੋਂ ਬਚ ਸਕਦੇ ਹਾਂ ਬਿਲਕੁਲ ਸਿਹਤ ਨਾਲ ਤਾਂ ਹੀ ਬਚ ਸਕਦੇ ਥੈਂਕ ਯੂ ਵੈਰੀ ਮਚ ਸੋ ਦੋਸਤੋ ਦੀਵਾਲੀ ਜਿਵੇਂ ਜਿਵੇਂ ਨਜ਼ਦੀਕ ਆ ਰਹੀ ਹੈ ਲੋਕਾਂ ਦੀ ਕਰਿਓਸਿਟੀ ਵੀ ਵੱਧਦੀ ਜਾ ਰਹੀ ਹੈ ਔਰ ਜੇ ਗੱਲ ਕਰੀਏ ਚਾਈਨੀ ਸਮਾਨ ਦੀ ਤੇ ਚਾਈਨੀ ਸਮਾਨ ਵੀ ਪੂਰੀ ਤਰ੍ਹਾਂ ਆਇਆ ਹੋਇਆ ਤੁਹਾਡੇ ਮੁਤਾਬਕ ਕੀ ਚਾਈਨੀ ਸਮਾਨ ਦਾ ਇਸਤੇਮਾਲ ਕਰਨਾ ਚਾਹੀਦਾ ਜਾਂ ਨਹੀਂ ਹੁਣ ਜੇ ਮਿਲੇਗਾ ਕਰਾਂਗੇ ਇਸਤੇਮਾਲ ਕਿਉਂ ਕਿਉਂ ਕਰੋਗੇ ਭਾਰਤ ਦੇ ਵਿੱਚ ਨਹੀਂ ਸਮਾਨ ਦੱਸਦਾ ਤੁਹਾਨੂੰ ਇਹ ਲੈਂਡਰ ਹੈ ਜੇ ਮੈਂ ਬਿਆਜ ਲੈਣ ਜਾਣਾ ਦੂਜਾ ਤੁਹਾਡੇ ਵਾਲਾ ਇਹ ਮਿਲਦਾ 50 ਰੁਪਏ ਦਾ ਤੇ ਜੇ ਮੈਂ ਚੈਨਸ ਲਾਉਣਾ 10 ਰੁਪਏ ਦਾ ਇਹ 15 ਦਿਨ ਚਲੇ ਜਾ ਮੈਂ ਬਿੜੀ ਪੀਲਾ ਹੈ ਇਹ 10 ਰੁਪਏ 15 ਦਿਨ ਚਲੇ ਜਾ ਉਹ ਲੈਣਾ ਜਿਹੜੀ ਦਿਨ ਉਹ 50 ਰੁਪਏ ਦਿੰਦੇ ਮੈਂ ਉਹ ਚਾਈਨੀ ਸਮਾਨ ਸਸਤਾ ਕਰਕੇ ਆਪਾਂ ਬਸ ਹਾਂਜੀ ਹਾਂ ਬਹੁਤ ਗੰਦ ਹੁੰਦਾ ਬੋਲ ਜੀ ਬਹੁਤ ਗੰਦ ਹੁੰਦਾ ਨਹੀਂ ਖਵਾਉਣੀ ਬੱਚਿਆਂ ਨੂੰ ਨਹੀਂ ਖਾਣੀ ਤੁਸੀਂ ਨਹੀਂ ਖਾਣੀ ਸੋ ਬਿਲਕੁਲ ਮੇਰੇ ਵੀਰ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਮੇਰੀ ਦੁਕਾਨ ਫਰੂਟ ਦੀ ਆ ਫਰੂਟ ਖਾਓ ਖਾਓ ਲੇਕਿਨ ਜਿੰਨਾ ਚਾਈਨੀ ਸਮਾਨ ਆਇਆ ਲੇਕਿਨ ਇੱਕ ਇਹਨਾਂ ਨੇ ਬਹੁਤ ਵਧੀਆ ਵੀ ਗੱਲ ਦੱਸੀ ਆ ਕਿ ਚਾਈਨੀ ਸਮਾਨ ਥੋੜ੍ਹਾ ਜਿਹਾ ਕੋਸਟਲੀ ਨਹੀਂ ਹੁੰਦਾ ਉਹ ਸਸਤਾ ਹੁੰਦਾ ਜਿਸ ਕਰਕੇ ਸਾਡੇ ਵਰਗਿਆਂ ਨੂੰ ਰੋਜ਼ਮਰਾ ਦੀ ਜ਼ਿੰਦਗੀ 'ਚ ਇਹ ਸਾਰਾ ਕੁਝ ਲੈਣਾ ਪੈ ਰਿਹਾ ਲੇਕਿਨ ਬੈਨ ਕਿੱਥੇ ਹੋਣਾ ਚਾਹੀਦਾ ਬਾਰਡਰ ਤੇ ਬੈਨ ਹੋਣਾ ਚਾਹੀਦਾ ਜੋ ਚਾਈਨੀ ਸਮਾਨ ਆ ਜੀ ਬਿਲਕੁਲ ਨਹੀਂ ਇਸਤੇਮਾਲ ਕਰਨਾ ਚਾਹੀਦਾ ਜੀ ਉਹਦਾ ਮੇਰੇ ਹਿਸਾਬ ਨਾਲ ਜੀ ਬਾਕੀ ਲੋਕਾਂ ਦਾ ਵੱਖਰਾ ਕਿਉਂ ਨਹੀਂ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਸਰ ਚਾਈਨਾ ਤੋਂ ਸਮਾਨ ਆਉਂਦਾ ਜੋ ਆਪਾਂ ਸਮਾਨ ਲੈਂਦੇ ਹੈਗੇ ਹੈ ਨਾ ਜੋ ਟੈਕਸ ਆ ਇੱਥੇ ਤੋਂ ਖਰੀਦਣਾ
ਜੋ ਟੈਕਸ ਆ ਸਰਕਾਰਾਂ ਨੂੰ ਜਾਵੇ ਸਹੀ ਤਰੀਕੇ ਨਾਲ, ਸਰਕਾਰਾਂ ਆਪਾਂ ਨੂੰ ਮਤਲਬ ਕਿ ਪ੍ਰੋਵਾਈਡ ਕਰੇ ਫਿਰ ਉੱਦਾਂ ਹੀ ਜਿੱਦਾਂ ਹੁੰਦਾ ਗਾ। ਅੱਜ ਜੇ ਗੱਲ ਕਰੀਏ ਤਾਂ ਮਤਲਬ ਮਠਿਆਈਆਂ ਵੀ ਸਹੀ ਨਹੀਂ ਆ ਰਹੀਆਂ, ਨਹੀਂ ਆ ਰਹੀਆਂ ਜੀ, ਬਿਲਕੁਲ ਨਹੀਂ ਆ ਰਹੀਆਂ ਮਠਿਆਈਆਂ ਸਹੀ, ਮਿਲਾਵਟ ਬਹੁਤ ਆ ਜੀ। ਅਤੇ ਪਿੱਛੇ ਜੇ ਵੀ ਦੇਖਿਆ ਸੀ ਸਾਡੇ ਸਤਿਕਾਰਯੋਗ ਐਸ ਐਸ ਪੀ ਸਾਹਿਬ ਨੇ ਬਹੁਤ ਜ਼ਿਆਦਾ ਮਿਲਾਵਟ ਖੋਰੀ ਫੜੀ ਗਈ ਹੈ ਜੀ, ਅਤੇ ਬਹੁਤ ਵਧੀਆ ਕਦਮ ਸੀ ਜੀ ਉਹਨਾਂ ਦਾ। ਬਿਲਕੁਲ ਜੀ, ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਬਾਈਕਆਊਟ ਕਰਨਾ? ਬਿਲਕੁਲ ਜੀ, ਬਿਲਕੁਲ ਕਰਨਾ ਚਾਹੀਦਾ ਜੀ। ਜਿਹੜੀਆਂ ਮਠਿਆਈਆਂ ਨਕਲੀ ਆਉਂਦੀਆਂ ਨੇ ਸਾਡੀ ਸਿਹਤ ਦੇ ਨਾਲ ਖਿਲਵਾੜ ਕਰਦੇ? ਬਿਲਕੁਲ ਜੀ, ਬਿਲਕੁਲ, ਛੋਟੇ ਛੋਟੇ ਬੱਚੇ ਨੇ ਜੀ, ਹੈ ਨਾ, ਉਹਨਾਂ ਨਾਲ ਖਿਲਵਾੜ ਹੁੰਦਾ ਜੀ। ਸੋ ਦੋਸਤੋ, ਜਿਵੇਂ ਤੁਸੀਂ ਸੁਣਿਆ, ਅੱਜ ਪੂਰੇ ਪਟਿਆਲੇ ਸ਼ਹਿਰ ਦਾ ਦੌਰਾ ਕੀਤਾ ਔਰ ਲੋਕਾਂ ਤੋਂ ਇਹ ਜਾਣਨਾ ਚਾਹਿਆ ਕਿ ਚਾਈਨੀਜ਼ ਸਮਾਨ ਦਾ ਇਸਤੇਮਾਲ ਕਰਨਾ ਜਾਂ ਚਾਹੀਦਾ ਜਾਂ ਨਹੀਂ, ਨਾ ਨਕਲੀ ਮਠਿਆਈਆਂ ਵੀ ਮਾਰਕੀਟ ਵਿੱਚ ਆਈਆਂ ਨੇ, ਕੀ ਉਹਨਾਂ ਨੂੰ ਖਾਣਾ ਚਾਹੀਦਾ ਜਾਂ ਨਹੀਂ, ਅਲੱਗ ਅਲੱਗ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ। ਔਰ ਵੱਡੀ ਗੱਲ ਇਹ ਹੈ ਦੋਸਤੋ ਕਿ ਲੋਕਾਂ ਨੇ ਕਿਹਾ ਕਿ ਚਾਈਨੀ ਇਸਤੇਮਾਲ ਕਰਾਂਗੇ, ਜੇ ਬਾਰਡਰ ਤੋਂ ਇੱਧਰ ਪਾਰ ਹੋ ਸਕਦਾ ਹੈ ਤਾਂ ਫਿਰ ਉਹ ਮਤਲਬ ਜੇ ਇੰਡੀਆ ਦੇ ਵਿੱਚ ਆ ਗਿਆ ਤਾਂ ਉਹ ਆਇਆ ਕਿਸ ਤਰ੍ਹਾਂ, ਕਿਉਂ ਨਹੀਂ ਬਾਰਡਰ ਤੋਂ ਹੀ ਇਸ ਨੂੰ ਸਟੋਪ ਕੀਤਾ ਜਾਂਦਾ ਹੈ ਤਾਂ ਕਿ ਇਹ ਇੰਡੀਆ ਦੇ ਵਿੱਚ ਜਿਹੜਾ ਉਹ ਐਂਟਰੀ ਨਾ ਕਰ ਸਕੇ। ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮ ਸਹੋਤਾ, ਏਵਨ ਪੰਜਾਬੀ ਟੀਵੀ ਲਈ।